ਸਾਨੂੰ ਨਾ ਜੀ ਪੁਲਿਸ ਲਾਈਨ ਤੋਂ ਰੋਕਿਆ ਗਿਆ। ਜਦੋਂ ਪੁਲਿਸ ਨੇ ਆਪਣੀ ਕੋਈ ਪ੍ਰੈਸ ਕਾਨਫਰੰਸ ਕਰਨੀ ਹੋਵੇ ਜਾਂ ਆਪਣੀ ਕੋਈ ਤਾਰੀਫ ਕਰਾਉਣੀ ਹੋਵੇ ਤੇ ਪੁਲਿਸ ਸਾਨੂੰ ਅੰਦਰ ਆਪ ਵਧੀਆ ਤਰੀਕੇ ਨਾਲ ਜਾਂਦੀ ਜਿਵੇਂ ਅਸੀਂ ਉਹਨਾਂ ਦੇ ਫੈਮਿਲੀ ਮੈਂਬਰ ਹੁੰਦੇ ਹਾਂ। ਅੱਜ ਪੁਲਿਸ ਨੇ ਸਾਨੂੰ ਮੀਡੀਆ ਨੂੰ ਉੱਥੇ ਅੰਦਰ ਜਾਣ ਤੋਂ ਰੋਕਿਆ, ਦੱਸਿਆ ਗਿਆ ਅਧਿਕਾਰੀਆਂ ਨੇ ਅੰਦਰ ਨਹੀਂ ਜਾਣ ਦੇਣਾ। ਇਹਦਾ ਕੀ ਰਾਜ ਹੈ? ਏਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਇੱਕ ਤੇ ਉਦਾਂ ਹੀ ਆਪਾਂ ਪ੍ਰੋਟੈਕਸ਼ਨ ਦੇ ਤੌਰ ਤੇ ਵੀ ਸਾਰਿਆਂ ਨੂੰ ਸਕਿਉਰਟਾਈਜ਼ ਕਰਕੇ ਪੁਲਿਸ ਨੂੰ ਹੀ ਕਿਉਂ ਨਹੀਂ, ਪੁਲਿਸ ਨੇ ਤੁਹਾਨੂੰ ਤੇ ਆਪਾਂ ਸਾਰੇ ਪ੍ਰੈਸ ਨੂੰ ਰੋਕਿਆ ਗਿਆ, ਉੱਥੇ ਆਮ ਪਬਲਿਕ ਅੰਦਰ ਜਾ ਰਹੀ ਸੀ। ਆਮ ਉੱਥੇ ਕੁਆਟਰਸ ਨੇ ਨਾ, ਉੱਥੇ ਜਿਹੜੇ ਰੈਜੀਡੈਂਟਸ ਨੇ ਉੱਥੇ ਜਾਂਦੇ ਉਹਨਾਂ ਨੂੰ ਪਤਾ ਹੀ ਹੈਗਾ, ਤੁਹਾਡਾ ਵੀ ਪਤਾ, ਪਰ ਕੋਈ ਇੱਦਾਂ ਦੀ ਗੱਲ ਨਹੀਂ ਹੈ ਅਤੇ ਉਹ ਆਪਾਂ ਵੈਰੀਫਾਈ ਕਰ ਲੈਂਦੇ ਕਿਉਂ ਰੋਕਿਆ, ਆਪਾਂ ਚੈੱਕ ਕਰ ਲੈਂਦੇ। ਨਹੀਂ, ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤਾਰੀਫ ਕਰਾਉਣੀ ਹੋਵੇ ਪੁਲਿਸ ਨੇ ਯਾਰ ਉਦੋਂ ਤਾਂ ਪ੍ਰੈਸ ਨੂੰ ਅੰਦਰ ਵਧੀਆ ਤਰੀਕੇ ਨਾਲ ਲਿਜਾਇਆ ਜਾਂਦਾ। ਅੱਜ ਇੱਕ ਮਾੜੀ ਖਬਰ ਸੀ ਤੇ ਮਾੜੀ ਖਬਰ ਵਾਸਤੇ ਏਦਾਂ ਸੀਗਾ, ਪਰ ਕੀ ਜਿਹੜਾ ਸੀਨ ਆਫ ਕ੍ਰਾਈਮ ਨੂੰ ਪਹਿਲੇ ਪੁਲਿਸ ਨੇ ਆਪ ਦੇਖਣਾ ਸੀ ਨਾ, ਉਹਨੂੰ ਪਹਿਲੇ ਚੈੱਕ ਕਰਕੇ ਫਿਰ ਹੀ ਆਪਾਂ ਹੋਰ ਵੀ ਕਿਸੇ ਨੂੰ ਨਹੀਂ ਸੀ ਅਲਾਊਡ ਕਰ ਰਹੇ। ਈਵਨ ਜਿਹੜੇ ਆਪਾਂ ਮੁਲਾਜ਼ਮਾਂ ਨੂੰ ਵੀ ਅਸੀਂ ਮਨਾ ਕੀਤਾ ਸੀ ਕਿ ਤੁਸੀਂ ਨਾ ਆਓ, ਅਤੇ ਉਹ ਬੀਇੰਗ ਡੀ ਐਸ ਪੀ ਹੈੱਡਕੁਆਟਰ ਕੰਮ ਕਰ ਰਹੇ ਹਾਂ, ਉਹ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਥੋੜ੍ਹਾ ਇਹਦਾ ਪਹਿਲਾਂ ਆਪਾਂ ਕੋਡਨ ਕਰ ਲਈਏ, ਉਹਦਾ ਚੈੱਕ ਕਰ ਲਈਏ। ਅਦਰਵਾਈਜ਼ ਇੱਦਾਂ ਦੀ ਕੋਈ ਗੱਲ ਨਹੀਂ।